ਹੈ ਜੀ। ਟਨਲ ਦੇ ਅੰਦਰ ਜਾ ਰਹੇ ਅਸੀਂ, ਵੈਨਕੂਵਰ ਜਾ ਰਹੇ ਹਾਂ। ਕਿੰਨੇ ਕਿਲੋਮੀਟਰ ਵੈਨਕੂਵਰ ਬਸ ਵਿੱਚੋਂ ਲੰਘ ਪਿਆ ਸਾਡੇ? ਅਸੀਂ ਵੈਨਕੂਵਰ ਸਿਟੀ ਦੇ ਵਿੱਚ ਦੀ ਲੰਘ ਰਹੇ ਹਾਂ। ਇਹ ਟਨਲ ਹੈ, ਦੇਖੋ ਕਿੰਨਾ ਬਿਊਟੀਫੁਲ ਬਣਾਇਆ ਹੋਇਆ ਟਨਲ ਨੇ, ਕਿੰਨਾ ਸਾਫ਼ ਸੁਥਰਾ ਸੋਹਣਾ ਬਣਾਇਆ ਹੋਇਆ ਟਨਲ। ਪਤਾ ਹੀ ਲੱਗ ਰਿਹਾ ਕਿ ਟਨਲ 'ਚੋਂ ਨਿਕਲਦੇ ਹਾਂ ਜਾਂ ਓਪਨ ਰੋਡ ਚੱਲ ਰਹੀ ਹੈ, ਸਾਰੀਆਂ ਗੱਡੀਆਂ ਚੱਲਦੀਆਂ ਨੇ। ਅੱਗੇ ਵੈਨਕੂਵਰ ਸਿਟੀ ਆ ਜਾਏਗੀ, ਅੱਗੇ ਤੋਂ ਬਾਅਦ ਬ੍ਰਿਜ ਆਏਗਾ, ਬ੍ਰਿਜ ਆਏਗਾ। ਅੱਛਾ, ਕਿੰਨੇ ਮੈਂ ਤਾਂ ਸਮਝ ਨਹੀਂ ਰਿਹਾ, ਮੈਂ ਨਿਕਲਾਂਗੇ ਬ੍ਰਿਜ ਹੀ ਪੜ ਜਾਂਗੇ। ਉਹਦਾ ਨਾਂ ਆਇਰਨ ਵਰਕਰਸ ਮੈਮੋਰੀਅਲ ਬ੍ਰਿਜ, ਜਦੋਂ ਬ੍ਰਿਜ ਬਣਦਾ ਸੀ ਤਾਂ ਟਨਲ 'ਚੋਂ ਅਸੀਂ ਨਿਕਲ ਰਹੇ ਹਾਂ। ਹਾਂ, ਇਹ ਗੱਡੀ ਰੁਕ ਗਈ ਇੱਥੇ, ਇੱਕ ਅੱਗੇ ਰੁਕੀ ਹੋਈ ਹੈ। ਥ੍ਰੀ ਲੇਨ ਬਣੀ ਹੋਈ ਜੀ ਟਨਲ ਦੇ ਅੰਦਰ, ਤਿੰਨ ਗੱਡੀਆਂ ਐਟ ਅ ਟਾਈਮ ਚੱਲ ਸਕਦੀਆਂ ਨੇ ਇਸ ਲੇਨ 'ਚ। ਇਹ ਹੁਣ ਅਸੀਂ ਟਨਲ ਕ੍ਰਾਸ ਕਰਕੇ ਅੱਗੇ ਬ੍ਰਿਜ ਆ ਰਿਹਾ, ਆਇਰਨ ਵਰਕਰਸ ਮੈਮੋਰੀਅਲ ਬ੍ਰਿਜ। ਅੱਗੇ ਬਸ ਨਾਲ ਹੀ ਇੱਕ ਪੁੱਲ ਆ ਰਿਹਾ, ਉਹਦਾ ਨਾਂ ਹੈ ਆਇਰਨ ਵਰਕਰ ਮੈਮੋਰੀਅਲ ਬ੍ਰਿਜ। ਕਿੰਨੇ ਬਸ ਸ਼ੁਰੂ ਹੋ ਗਿਆ।